ਸਾਡੇ ਪਿੰਡ ਜਿਹੜਾ ਸੀ ਨਾ ਸਾਡਾ, ਸਾਡੇ ਜਿਹੜੇ ਵੱਡੇ, ਹਾਂਜੀ ਹਾਂਜੀ, ਇਹਨਾਂ ਦੇ ਤਪ ਤੇ ਬੜਾ ਸੀ। ਅੱਛਾ, ਨੰਬਰਦਾਰ ਸੋ ਪਿੰਡ ਦੇ ਸਾਡਾ ਜਿਹੜਾ ਬਜ਼ੁਰਗ ਸੀ ਬਾਪ, ਉਹਨੂੰ ਜਦੋਂ ਪਹਿਲੇ ਦਿਨ ਜਾਣ ਦਿੰਦੇ, ਆਂਦੇ ਤੂੰ ਮਰ ਗਿਓ ਮੁਸਲਮਾਨੋ, ਸਾਡਾ ਇੱਕ ਜੀ ਨਹੀਂ। ਸਹੀ ਗੱਲ, ਕਹਿੰਦੇ ਪੇਟੀਆਂ ਵੱਡੀਆਂ ਵੱਡੀਆਂ ਉਹ ਪੁੱਟ ਕੇ ਟੋਵੇ ਤੇ ਧਰ ਕੇ ਵਿੱਚ ਦੱਬੀਆਂ ਨੇ। ਅੱਛਾ, ਉਹ ਦੱਬ ਕੇ ਆਏ ਸੋ? ਦੱਬ ਕੇ, ਤੇ ਜਿਹੜੇ ਸਾਡੇ ਮਾਲ ਡੰਗਰ ਸੀ ਹੋਈ ਲਾ ਕੇ ਤੁਰੇ ਆਣ ਮੱਝਾਂ ਮੁੱਝਾਂ ਨਾਲ, ਉਹ ਫਿਰ ਆਣ ਕੇ ਵੱਡਿਆਂ ਨੇ ਸਭ ਖੋਹ ਖਾ ਲਈਆਂ ਉਹਨਾਂ। ਅੱਛਾ, ਮਤਲਬ ਖਾਲੀ ਆਤਾ ਹੈ, ਕੁਛ ਨਹੀਂ ਜਾਂਦਾ ਨਾਲ। ਸਾਡੇ ਪਿੰਡ ਦਾ ਘਰ ਸੀ, ਹਾਂਜੀ, ਉਹਦੇ ਸੱਤ ਪੁੱਤਰ ਸਨ। ਉਹ ਆਪਣੇ ਮੈਨੂੰ ਡਰਦਾ ਇੱਥੋਂ ਨਾ ਬਾਰੇ ਤੁਰ ਗਿਆ ਜੀ। ਜੀ, ਬਾਰੇ ਜਾ ਕੇ ਉਹ ਸਾਰਾ ਟੱਬਰ ਹੀ ਟੱਬਰ ਖਤਮ ਹੋ ਗਿਆ, ਖਤਮ ਕਰਤਾ ਸਾਰਾ। ਤੇ ਦੋ ਬੱਚਿਆਂ ਨੂੰ ਉਹਦੇ ਉਹ ਆਏ ਹਨ, ਬਸ ਇੱਕ ਬੱਚਾ, ਇੱਕ ਬੱਚਾ ਉਹ ਆਇਆ, ਇੱਕ ਦੇ ਰੋਕਦਾ ਖੁੱਲਦਾ ਕਈ ਸਾਲਾਂ ਵਿੱਚ ਆਏ ਦਰਸ਼ਨ। ਤੇ ਆਪਣੇ ਤੁਹਾਡੇ ਜਿਹੜੇ ਪਿੰਡ ਦੇ ਮੁਸਲਮਾਨ ਸਨ, ਉਹਨਾਂ ਤੇ ਨਹੀਂ ਕੁਛ ਆਖਿਆ ਤੁਹਾਨੂੰ? ਨਾ ਨਾ, ਉਹ ਤੇ ਰੱਖੀ ਕਰਦੇ ਹਨ ਬੜੀ। ਅੱਛਾ, ਬਾਪੂ ਜਿਵੇਂ ਮੁਸਲਮਾਨਾਂ ਦੀ ਕੋਈ ਤਿਉਹਾਰ ਹੁੰਦਾ ਸੀ ਆਪਣਾ ਦਿੰਦੇ ਹੋ ਤੁਹਾਨੂੰ ਤਿਉਹਾਰਾਂ ਦੇ ਕਿ ਨਹੀਂ? ਜਿਵੇਂ ਵਰਤੋਂ ਭਾਜੀ ਪੂਰੀ, ਸਾਡੇ ਪੂਰੀ ਨਿਉਂਦਰਾ ਭਾਜੀ, ਜਦੋਂ ਅਸੀਂ ਪਾਕਿਸਤਾਨ ਆਏ ਨਾ ਪੱਖੀਆਂ ਦੇ ਲੂਣ ਲਾਣ ਕਈ ਸਾਲ ਕਰਦੇ ਰਹੇ, ਸਾਨੂੰ ਕਰਦੇ ਰਹੇ ਨੇ ਵੀ ਚੰਗਾ ਪਿਆਰ ਸੀ ਉਹਨਾਂ ਨਾਲ। ਬਾਪੂ ਜੀ ਸਤਿ ਸ੍ਰੀ ਅਕਾਲ। ਹੋਰ ਜੀ ਠੀਕ ਠਾਕ ਹੋ ਬਾਪੂ ਜੀ? ਵਧੀਆ ਵਧੀਆ। ਬਾਪੂ ਜੀ ਆਪਣਾ ਨਾਮ ਕੀ ਤੁਹਾਡਾ? ਅਜੀਤ ਸਿੰਘ। ਨੀਚੇ ਰੱਖੋ। ਅਜੀਤ ਸਿੰਘ। ਜੀਤ ਸਿੰਘ ਸੋਹਲ। ਅੱਛਾ, ਤੇ ਆਪਣੇ ਪਾਪਾ ਜੀ ਦਾ ਕੀ ਨਾਮ ਸੀ? ਜਵੰਤ ਸਿੰਘ। ਤੇ ਦਾਦਾ ਜੀ ਦਾ? ਜਗਤ ਸਿੰਘ। ਜਗਤ ਸਿੰਘ, ਠੀਕ ਹੋ ਗਿਆ। ਤੇ ਬਾਪੂ ਜੀ ਆਪਣਾ ਜਾਤ ਕਿਹੜੀ ਤੁਹਾਡੀ? ਸੋਹਲ। ਸੋਹਲ, ਠੀਕ ਹੈ। ਸਾਡਾ ਪਿੰਡ ਵੀ ਸੋਹਲ। ਅੱਛਾ ਅੱਛਾ, ਜਾਤ ਵੀ ਸੋਹਲ, ਠੀਕ ਠੀਕ। ਤੇ ਤੁਹਾਡਾ ਜਨਮ ਪਾਕਿਸਤਾਨ ਦਾ ਬਾਪੂ ਜੀ? ਹਾਂਜੀ। ਤੇ ਪਾਕਿਸਤਾਨ ਆਪਣਾ ਕਿਹੜਾ ਪਿੰਡ ਸੀ? ਸੋਹਲ। ਸੋਹਲ, ਤੇ ਉਹਦੇ ਨਾਲ ਨਾਲ ਕਿਹੜੇ ਪਿੰਡ ਸਨ? ਇੱਕ ਦੋ ਪਿੰਡਾਂ ਦੇ ਨਾਂ ਯਾਦ? ਪਿੰਡ ਵਾਤੇ ਜੀ ਜੀ, ਬੜਿਆਣਾ, ਠੀਕ ਹੈ, ਢੀਰ ਵਾਲੀ। ਪਿੰਡ ਕਈ? ਅੱਛਾ ਅੱਛਾ, ਤੇ ਆਪਣਾ ਜ਼ਿਲ੍ਹਾ ਕਿਹੜਾ ਸੀ ਬਾਪੂ ਜੀ ਉੱਥੇ? ਸਿਆਲਕੋਟ। ਸਿਆਲਕੋਟ ਹੈ, ਤੇ ਤਸਵੀਰ ਕਿਹੜੀ ਲੱਗਦੀ ਸੀ ਆਪਾਂ ਨੂੰ? ਤਸਵੀਰ ਮੇਰਾ ਖਲੋ ਤਾਂ ਉਹੀ ਸੀ ਅੰਦੇ ਨਾ, ਸਿਆਲਕੋਟ ਹੀ ਸੀ। ਸਿਆਲਕੋਟ ਦੀ ਤਸਵੀਰ ਸੀ। ਹਾਂ, ਤੇ ਬਾਪੂ ਜੀ ਆਪਣਾ ਜਦੋਂ ਤੁਸੀਂ ਇੱਧਰ ਆਏ ਹੋ, ਜਦੋਂ ਉਜਾੜੇ ਪਏ ਨੇ, ਉਸ ਟਾਈਮ ਤੁਸੀਂ ਕਿੰਨੇ ਸਾਲ ਦੇ ਸੀ? ਉਹ 7-8 ਸਾਲ ਦਾ। 7-8 ਸਾਲ ਦੇ ਸੀ। ਹਾਂ, ਤੇ ਤੁਹਾਨੂੰ ਸੰਭਾਲਾ ਹੈ, ਮਤਲਬ ਥੋੜਾ ਬਹੁਤ ਆਪਣੇ ਘਰਾਂ ਦਾ ਸੰਭਾਲਾ? ਠੀਕ ਜੀ। ਤੇ ਤੁਹਾਡੇ ਉੱਤੇ ਜਿਹੜੇ ਘਰ ਹੁੰਦੇ ਹਨ, ਕੱਚੇ ਸਨ ਹੁੰਦੇ ਆ ਪੱਕੇ ਹੁੰਦੇ ਹਨ? ਬਹੁਤ ਕੱਚੇ ਹਨ, ਰੁਕੇ ਕੇ ਦੇ ਪੱਕੇ ਹਨ। ਅੱਛਾ ਅੱਛਾ, ਉਹਦੇ ਆਮ ਕੱਚੇ ਹਨ। ਅੱਛਾ, ਆਮ ਕੱਚੇ ਸਨ। ਹਾਂ, ਠੀਕ ਠੀਕ। ਸਾਡਾ ਘਰ ਇੱਥੇ ਗੁਰਦੁਆਰਾ ਆਈ? ਹਾਂਜੀ ਹਾਂਜੀ, ਇੱਥੇ ਸਾਡੀ ਬੇਲੀ, ਠੀਕ ਹੈ, ਆ ਗਲੀ ਜਾਂਦੀ ਵਿੱਚ। ਅੱਛਾ ਅੱਛਾ, ਸਾਡੇ ਲੋਕੇ ਘਰ ਸਨ। ਠੀਕ ਠੀਕ ਠੀਕ, ਆਪਣੇ ਚਾਚੇ ਦਾ, ਚਾਚੇ ਦਾਇਆਂ ਦੇ, ਠੀਕ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਕਿਹੜੀ ਕਿਹੜੀ ਜਾਤਾਂ ਰਹਿੰਦੀਆਂ ਹਨ ਉਸ ਟਾਈਮ? ਉਹ ਟਾਈਮ ਮੁਸਲਮਾਨ ਸਨ ਬਹੁਤੇ, ਸਰਦਾਰ। ਅੱਛਾ, ਮੁਸਲਮਾਨ ਬਹੁਤੇ, ਮੁਸਲਮਾਨ ਜ਼ਿਆਦਾ ਜ਼ੋਰ ਸੀ। ਹਾਂ, ਠੀਕ ਠੀਕ। ਤੇ ਆਪਣੇ ਪਿੰਡ ਦਾ ਨੰਬਰਦਾਰ ਕਿਹੜਾ ਸੀ? ਸਾਡੇ ਨੰਬਰਦਾਰ ਉਹਨਾਂ ਦਾ ਸਾਡਾ ਦਾਦਾ ਹੋਇਆ। ਅੱਛਾ, ਤੁਹਾਡਾ ਦਾਦਾ ਨੰਬਰਦਾਰ ਸੀ ਪਿੰਡ ਦਾ? ਠੀਕ ਠੀਕ ਠੀਕ, ਵਧੀਆ ਵਧੀਆ। ਤੇ ਬਾਪੂ ਜੀ ਜਿਹੜਾ ਗੁਰਦੁਆਰਾ ਤੁਸੀਂ ਦੱਸਣ, ਆਪਣੇ ਪਿੰਡ ਵਿੱਚ ਗੁਰਦੁਆਰਾ ਸੀ, ਉਹ ਕੱਚਾ ਸੀ ਪੱਕਾ ਸੀ ਗੁਰਦੁਆਰਾ? ਕੱਚਾ ਹੀ ਉਹਦਾ ਮੈਂ ਡੰਗ ਬਾਲ ਵੱਡਾ। ਅੱਛਾ ਅੱਛਾ, ਕੱਚਾ ਜੀ, ਠੀਕ ਠੀਕ ਠੀਕ। ਉਹਦਾ ਨਾਮ ਇੱਥੇ ਸਾਡੀ ਬੇਲੀ। ਅੱਛਾ, ਡੰਗਰ ਪਊ ਬਾਈ ਤੇ, ਠੀਕ ਠੀਕ। ਇੱਥੇ ਇੱਕ ਪਿੱਪਲ ਦਾ ਪੇੜ ਸੀ, ਬੜਾ ਤਗੜਾ, ਬੜਾ ਤਗੜਾ ਪੇੜ ਸੀ ਪਿੱਪਲ ਦਾ। ਹਾਂ, ਠੀਕ ਠੀਕ। ਉੱਤੋਂ ਫਿਰ ਗਲੀ ਜਾਂਦੀ? ਹਾਂਜੀ ਹਾਂਜੀ। ਉਹ ਸਾਡੇ 10-12 ਘਰ ਸਰ, ਸਾਡਾ ਘਰ ਅਖੀਰ ਤੇ ਜਾ ਕੇ ਪੈਂਦਾ ਸੀ। ਅੱਛਾ ਅੱਛਾ, ਅਖੀਰ ਤੇ ਤੁਹਾਡਾ ਘਰ ਪੈਂਦਾ ਸੀ? ਹਾਂਜੀ, ਠੀਕ ਠੀਕ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਖੂਹ ਵੀ ਹੁੰਦੇ ਹਨ? ਹਾਂ, ਖੂਹ ਬੜਿਆ। ਅੱਛਾ ਅੱਛਾ, ਤੁਸੀਂ ਪਾਣੀ ਖੂਹਾਂ 'ਚ ਭਰਦੇ ਸੀ, ਨਲਕਾ ਲੱਗਾ ਸੀ ਆਪਣੇ ਘਰ? ਭਰਦੇ ਹਨ ਉਹ, ਸਾਨੂੰ ਸਾਨੂੰ ਤੋਂ ਪਾਣੀ ਪੂਣੀ ਦੇ ਆਪਾਂ ਮਹਿਰੇ ਭਰ ਕੇ ਜਾਂਦੇ ਹਾਂ। ਮਹਿਰੇ ਭਰਦੇ ਹੁੰਦੇ ਹਨ? ਹਾਂਜੀ, ਠੀਕ ਠੀਕ। ਉਹਨਾਂ ਭਰ ਕੇ ਜਾਣਾ, ਮਹਿਰੇ ਭਰਦੇ ਹੁੰਦੇ ਆ ਪਾਣੀ? ਹਾਂ, ਠੀਕ ਠੀਕ ਠੀਕ। ਤੇ ਬਾਪੂ ਜੀ ਆਪਣਾ ਤੁਹਾਡੇ ਪਿੰਡ ਵਿੱਚ ਸਕੂਲ ਵੀ ਹੁੰਦਾ ਸੀ? ਜੇ ਬੱਚੇ ਨਹੀਂ ਹੁੰਦਾ, ਸਕੂਲ ਨਹੀਂ ਹੁੰਦਾ ਸੀ? ਹਾਂ,
ਤੇ ਬੱਚੇ ਜਿਵੇਂ ਸਕੂਲ ਕਿੱਥੇ ਪੜਨ ਜਾਂਦੇ ਹੁੰਦੇ? ਨਵਾਦੇ। ਨਵਾਦੇ, ਨਵਾਦੇ ਨਾਲ ਪਿੰਡ ਸੀ ਹੈ? ਨਵਾਦੇ ਥੋੜਾ ਹੀ। ਅੱਛਾ ਅੱਛਾ, ਮੈਂ ਇੱਥੇ ਰਹਿੰਦਾ। ਠੀਕ ਠੀਕ ਠੀਕ। ਤੇ ਤੁਸੀਂ ਵੀ ਪੜੇ ਬਾਪੂ ਜੀ ਕਿ ਨਹੀਂ ਉੱਥੇ? ਨਾ ਨਾ, ਇੱਥੇ ਰਹਿਣ ਕੇ ਪਏ ਆ, ਤੋਂ ਪੰਜਾਬੀ ਪੜੇ ਆ। ਅੱਛਾ ਅੱਛਾ, ਥੋੜੇ ਉਹ ਪਿੰਡ ਚ ਬਾਬਾ ਹੁੰਦਾ ਹੈ। ਅੱਛਾ, ਹੱਟੀ ਵਾਲਾ। ਹੱਟੀ ਵਾਲਾ ਉਹਦੇ ਕੋਲ ਪੜੇ ਆ ਪੋਤੀ। ਠੀਕ, ਜਰਮਸ ਆ ਗਈ, ਪੰਜ ਗ੍ਰੰਥੀ। ਹਾਂਜੀ ਹਾਂਜੀ, 12 ਰੂਪ ਵੀ ਪੜਨ ਲੱਪੇ। ਫਿਰ ਵਾਈ ਚ ਵੜ ਗਏ ਬਸ। ਆ ਫਿਰ ਵਾਈ ਚ ਵੜ ਗਏ। ਠੀਕ ਠੀਕ। ਤੇ ਬਾਪੂ ਜੀ, ਜਦੋਂ 47 ਵਾਲਾ ਕੰਮ ਬਣਿਆ, ਜਦੋਂ ਉਜਾੜੇ ਪਏ ਨੇ, ਤੇ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਵੀ ਆਪਣਾ ਇੱਥੇ ਹੁਣ ਪਿੰਡ ਛੱਡਣਾ ਪੈਣਾ ਸਾਨੂੰ? ਸਾਡੇ ਵੱਡੇ ਹੜ ਜਾ, ਉਹਨਾਂ ਨੂੰ ਪਤਾ ਸੀ। ਹਾਂ ਹਾਂ, ਡੰਗਰ ਹੁੰਦੇ ਹਨ। ਉਹ ਜਾ ਕੇ ਉਹ ਸਿਖਾਈ ਦਿੰਦੇ ਹਨ ਜੀ, ਸਾਡੇ ਪਿਤਾ ਜੀ ਨੂੰ ਇੰਨੇ ਬੰਬ ਦੇ ਗਏ ਭਾਈ, ਜਦੋਂ ਤੁਹਾਨੂੰ ਭਾਰੀ ਬਣੇ ਉਦੋਂ ਚਲਾਇਆ ਜੇ। ਅੱਛਾ, ਨਿਹੰਗ ਸਿੰਘ ਆਉਂਦੇ ਹੁੰਦੇ ਹਨ। ਨਿਹੰਗ ਸਿੰਘ ਆਉਂਦੇ। ਤੇ ਤੁਹਾਡੇ ਪਿੰਡ ਤੇ ਨੀ ਕੋਈ ਹਮਲਾ ਹੋਇਆ ਕੋਈ ਇਹੋ ਜਿਹਾ ਕੰਮ ਵੀ ਕਿਸੇ ਦੇ? ਸਾਡੇ ਪਿੰਡ ਜਿਹੜਾ ਸੀ ਨਾ ਸਾਡਾ, ਸਾਡੇ ਜਿਹੜੇ ਵੱਡੇ, ਹਾਂਜੀ ਹਾਂਜੀ, ਇਹਨਾਂ ਦਾ ਸਭ ਤੇਜ ਬੜਾ ਸੀ। ਅੱਛਾ, ਨੰਬਰਦਾਰ ਸੋ ਪਿੰਡ ਦੇ? ਸਾਡਾ ਜਿਹੜਾ ਬਜ਼ੁਰਗ ਸੀ ਬਾਪ, ਉਹਨੂੰ ਜਦੋਂ ਪਹਿਲੇ ਦਿਨਾਂ ਨੂੰ ਜਾਣ ਦਿੰਦੇ। ਅੱਛਾ, ਆਂਦੇ ਵੇ ਤੂੰ ਮਰ ਗਿਓ, ਮੁਸਲਮਾਨ ਸਾਡਾ ਇੱਕ ਜੀ ਨਹੀਂ। ਸਹੀ ਗੱਲ। ਤੇ ਦਾਦੇ ਸਾਡੇ ਦੀ ਬੜੀ ਬਾਹਰ ਠਾਣੇ ਚ ਮਤਲਬ ਪੂਰੀ ਚੱਲਦੀ ਸੀ ਪਿੰਡ ਵਿੱਚ, ਨਾਮ ਦੇ ਪਿੰਡਾਂ ਚ ਵੀ ਪੂਰੀ ਮਤਲਬ ਪੂਰਾ ਰੋਬ ਸੀ, ਜਿੱਥੇ ਬਰਾਤਾਂ ਡੱਕ ਲੈਂਦਾ। ਅੱਛਾ ਅੱਛਾ, ਬਰਾਤਾਂ ਵੀ ਡੱਕ ਲੈਂਦਾ ਹੈ, ਇੰਨਾ ਰੋਬ ਸੀ, ਇੰਨਾ ਰੋਬ। ਵਾਹ ਜੀ, ਬੜੀ ਖੁਸ਼ੀ ਤੇ ਆਇਆ ਹੋ ਨਾ, ਘੋੜੀ ਨੂੰ ਪਾਣੀ ਡਾਣਾ। ਅੱਛਾ, 10-12 ਬੰਦੇ ਇਸ ਤਰ੍ਹਾਂ ਬੈਠੇ। ਠੀਕ ਠੀਕ, ਐਡਾ ਤੇ ਮੂੰਹ ਇਹਦਾ। ਅੱਛਾ ਅੱਛਾ, ਬਹੁਤ ਬਹੁਤ ਤਕੜਾ ਸੀ ਹੈ, ਬੜਾ ਤਕੜਾ ਸੀ। ਠੀਕ ਠੀਕ, ਤੇ ਉਹਦਾ ਹੱਥ ਛਾਲ ਮਾਰ ਕੇ ਅੱਗੇ ਕਈ ਧਰਨੇ ਜਾਂ ਮੋੜੇ ਕਿੱਕਰ ਦੇ। ਤੇ ਬਾਪੂ, ਜਦੋਂ ਤੁਸੀਂ ਪਿੰਡੋਂ ਨਿਕਲੇ ਹੋ, ਕੋਈ ਸਮਾਨ ਸਮੂਨ ਨਾਲ ਲਿਆ ਸੀ ਕਿ ਖਾਲੀ ਆਤਾ ਹੈ? ਪਿੰਡੋਂ ਦੇ ਕੁਝ ਨਹੀਂ ਹੋਏ, ਸਮਾਨ ਸਾਡੇ ਵਹਿੰਦੇ ਪੇਟੀਆਂ ਵੱਡੀਆਂ ਵੱਡੀਆਂ, ਉਹ ਪੁੱਟ ਕੇ ਟੋਵੇ ਤੇ ਧਰ ਕੇ ਵਿੱਚ ਦੱਪੀਆਂ ਨੇ। ਅੱਛਾ, ਉਹ ਦੱਬ ਕੇ ਆਏ ਸੋ? ਦੱਬ ਕੇ। ਅੱਛਾ, ਜਿਹੜੇ ਸਾਡੇ ਮਾਲ ਡੰਗਰ ਸੀ ਹੋਈ ਲੈ ਤੁਰੇ ਆਣ ਮੱਝਾਂ ਮੁੱਝਾਂ ਨਾਲ, ਉਹ ਫਿਰ ਆਣ ਕੇ ਵੱਡਿਆਂ ਨੇ ਸਭ ਖੋਹ ਖਾ ਲਈਆਂ ਉਹਨਾਂ। ਅੱਛਾ, ਮਤਲਬ ਖਾਲੀ ਆਤਾ ਹੈ, ਕੁਛ ਨਹੀਂ ਜਾਂਦਾ ਨਾਲ? ਹੈ, ਬੜਾ ਔਖਾ ਵੇੜਾ ਸੀ ਬਾਪੂ ਜਦੋਂ ਘਰ ਛੱਡ ਕੇ ਤੁਸੀਂ ਨਿਕਲਣਾ, ਬੜਾ ਬੜਾ ਔਖਾ ਵੇਲਾ ਬਾਪੂ ਜੀ, ਆਪਣੇ ਘਰ ਭਰੇ ਘਰ ਛੱਡ ਕੇ ਨਿਕਲਣਾ, ਅੱਜ ਸਾਨੂੰ ਕੋਈ ਆ ਕੇ ਘਰੋਂ ਬਾਹਰ ਨਿਕਲੋ, ਹੈ ਬੜਾ ਔਖਾ ਵੇਲਾ। ਤੁਹਾਡੇ ਬਜ਼ੁਰਗਾਂ ਦੀ ਕੁਰਬਾਨੀਆਂ ਨੇ, ਉਸ ਤੁਸੀਂ ਇੰਨੀ ਕੁਰਬਾਨੀਆਂ ਦੇ ਕੇ ਨਿਕਲੇ। ਭਾਈ ਜੀ ਵੇਲੇ ਘੋੜੀ ਆਉਂਦੀ ਹੈ, ਉਹ ਘੋੜੀ ਦੇ ਸਾਨੂੰ ਆਉਂਦਾ ਨੇ ਪਾਇਆ ਤੌਰ। ਅੱਛਾ ਅੱਛਾ, ਤੇ ਬਾਪੂ ਜੀ ਤੁਸੀਂ ਗੱਡੀਆਂ ਤੇ ਆਏ, ਘੋੜੀਆਂ ਤੇ ਆਏ, ਕਿਵੇਂ ਆਏ? ਭਾਈ ਤੁਰਦੇ ਆ, ਗੱਡੀ ਗੁੱਡੀ ਕੋਈ ਨਹੀਂ, ਤੁਰਦੇ ਹੀ ਆਏ ਹੋ। ਤੇ ਬਾਪੂ ਜੀ ਆਪਣਾ ਆਉਂਦੇ ਹੋ, ਕੋਈ ਨੁਕਸਾਨ ਤੇ ਨਹੀਂ ਹੋਇਆ ਰਸਤੇ ਚ? ਕੋਈ ਨਾ ਨਾ, ਸਾਡਾ ਕੋਈ ਵੱਡ ਟੋਕ ਹੋਈ ਹੋਵੇ, ਇਹੋ ਜਿਹਾ ਕੰਮ ਤੇ ਨਹੀਂ ਹੋਇਆ? ਕੋਈ ਸਾਡੇ ਨਾਲ ਨਹੀਂ ਹੋਈ ਪਾਂਡੇ ਆਡੇ। ਅੱਛਾ ਅੱਛਾ, ਸਹੀ ਸਲਾਮਤ ਆਏ ਜੀ। ਜਿਹੜੇ ਕਾਫਲੇ ਚੋਂ ਜੋ ਕਈ ਮਰੇ ਆ ਹਨ, ਹਾਂਜੀ ਹਾਂਜੀ, ਉਹਨਾਂ ਗੋਲੀ ਗੋਲੀ ਮਾਰੀ ਤੇ, ਹਾਂਜੀ ਹਾਂਜੀ, ਸਾਡੇ ਚੋਂ ਕੀ ਆਪਣਾ ਚੰਦ ਕੋਈ ਸ਼ਹੀਦ ਹੋਇਆ? ਕੋਈ ਨਾ ਨਾ, ਵੱਡੇ ਵਡੇਰਾ ਕੋਈ ਇਹੋ ਜਿਹਾ ਕੰਮ ਤੇ ਨਹੀਂ ਹੋਇਆ? ਨਾ ਨਾ। ਠੀਕ ਠੀਕ, ਸਾਡੇ ਪਿੰਡ ਦਾ ਘਰ ਸੀ, ਹਾਂਜੀ, ਉਹਦੇ 7 ਪੁੱਤਰ ਸਨ। ਉਹ ਆਪਣੇ ਮਨ ਡਰਦਾ ਇਥੋਂ ਨਾ ਬਾਰੇ ਤੁਰ ਗਿਆ ਜੀ ਜੀ, ਬਾਰੇ ਜਾ ਕੇ ਉਹ ਸਾਰਾ ਟੱਬਰ ਹੀ ਟੱਬਰ ਖਤਮ ਹੋ ਗਿਆ, ਖਤਮ ਕਰਤਾ ਸਾਰਾ। ਤੇ ਦੋ ਬੱਚੇ ਹਨ ਉਹਦੇ, ਉਹ ਆਏ ਹਨ ਬਸ, ਇੱਕ ਬੱਚਾ, ਇੱਕ ਬੱਚਾ, ਦੋ ਆਇਆ, ਇੱਕ ਦੇ ਰੋਕਦਾ ਖੁੱਲਦਾ ਕਈ ਸਾਲਾਂ ਵਿੱਚ ਆਏ ਦਰਸ਼ਨ ਦਰਸ਼ਨ। ਤੇ ਬਾਪੂ ਜੀ ਆਪਣੇ ਜੋ ਕੋਈ ਉੱਥੇ ਮੁਸਲਮਾਨ ਬਣ ਕੇ ਤੇ ਨਹੀਂ ਰਹਿ ਗਿਆ ਕੋਈ, ਆ ਗਏ ਹਨ ਸਾਰੇ ਮਤਲਬ? ਹਾਂ, ਸਾਡੇ। ਠੀਕ ਠੀਕ, ਤੇ ਆਪਣੇ ਤੁਹਾਡੇ ਜਿਹੜੇ ਪਿੰਡ ਦੇ ਮੁਸਲਮਾਨ ਸਨ, ਉਹਨਾਂ ਤੇ ਨਹੀਂ ਕੁਛ ਆਖਿਆ ਤੁਹਾਨੂੰ? ਨਾ ਨਾ, ਉਹ ਤੇ ਰੱਖੀ ਕਰਦੇ ਹਨ ਬੜੀ। ਅੱਛਾ, ਤੈਨੂੰ ਦੱਸਿਆ ਸਾਡੇ ਦਾਦੇ ਪਿਓ ਦਾ ਨਾਮ ਪੂਰਾ ਜ਼ੋਰ ਸੀ, ਦਬਾਅ ਸੀ ਪੂਰਾ ਉਹਨਾਂ ਦਾ। ਸਹੀ ਗੱਲ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਮਸੀਤ ਵੀ ਹੁੰਦੀ ਸੀ ਮੁਸਲਮਾਨਾਂ ਦੀ?
ਮਸੀਤ ਪਰਲੇ ਬਣਿਆ ਆਈ। ਅੱਛਾ ਹੈ ਸੀ ਇੱਕ ਮਸੀਤ ਹੈ ਇੱਥੇ ਸਾਡੇ ਵੇਲੇ ਚੜਦੇ ਨੇ ਗੁਰਦੁਆਰਾ ਆਈ। ਹਾਂਜੀ ਹਾਂਜੀ ਉਧਰ ਮਸੀਤ ਸੀ ਇੱਕ ਲੈਂਦੇ ਨਾਮੇ ਮਸੀਤ ਸੀ ਉਹ ਲਹਿੰਦੇ ਬਣੇ ਘਰ ਦੇ ਉਹਨਾਂ ਦੇ। ਠੀਕ ਠੀਕ ਮੁਸਲਮਾਨਾਂ ਦੇ। ਠੀਕ ਠੀਕ ਤੇ ਬਾਪੂ ਜੀ ਆਪਣੇ ਪਿੰਡ ਵਿੱਚ ਮੇਲਾ ਵੀ ਲੱਗਦਾ ਹੁੰਦਾ ਸੀ ਕੋਈ ਮਤਲਬ ਪਿੰਡ ਵਿੱਚ ਮਸ਼ਹੂਰ ਮੇਲਾ ਸਾਡੇ ਲੱਗਦਾ ਸੀ ਬੜਿਆਣੇ। ਅੱਛਾ ਬੜਿਆਣੇ ਆ ਹਾਂ ਕਦੋਂ ਮੇਲਾ ਲੱਗਦਾ ਹੁੰਦਾ ਸੀ ਬਾਪੂ ਮੇਲਾ ਉਹਦਾ ਜਿਹੜਿਆ ਹੱਲਾਂ ਪਾਉਂਦੀਆਂ। ਹਾਂਜੀ ਹਾਂਜੀ ਹੱਲਾਂ ਦਾ ਮੇਲਾ। ਅੱਛਾ ਹੱਲਾਂ ਦਾ ਸਾਡੇ ਕੋਲ 10-10 ਘੋੜੀਆਂ ਇਕੱਠੀਆਂ ਹੋਈਆਂ ਨੇ ਮੇਲੇ ਦੇ। ਵਾਹ ਜੀ ਉਹਦੇ ਬੈਠਿਆ ਸ਼ਰਾਬ ਪੀ ਜਾਣਾ ਮੁੰਡਿਆਂ ਦੇ। ਠੀਕ ਠੀਕ ਬੜਾ ਮੇਲਾ ਮਸ਼ਹੂਰ ਸੀ ਬੜਿਆਲੇ ਦਾ। ਬੜਿਆਲੇ ਦਾ ਮੇਲਾ ਠੀਕ ਅਸੀਂ ਵੀ ਨਿੱਕੇ ਨਿੱਕੇ ਆ ਉਹ ਗੱਲ ਚੰਬੜ ਕੇ ਤੁਰ ਜਾਣਾ। ਤੇ ਨਾਨਕੇ ਕਿਹੜੇ ਪਿੰਡ ਹੁੰਦੇ ਆ ਬਾਪੂ ਜੀ? ਸਾਡੇ ਨਾਨਕੇ ਸੋਏ ਸੋਏ ਆ ਨਾ ਸੋਲ ਨਾ ਭਰੋਗੇ ਭਰੋਗੇ। ਤੇ ਉਹਦੇ ਤੁਸੀਂ ਕਿਵੇਂ ਜਾਂਦੇ ਹੋ ਘੋੜੀਆਂ ਤੇ ਜਾਂਦੇ ਸੀ ਨਾਨਕੇ ਜਾਂ ਘੋੜੀਆਂ ਕਾੜੀਆਂ ਤੇ ਜਾਂਦੇ ਉਹਦੇ ਸਵਾਰੀਆਂ ਤੇ ਹੈ ਘੋੜੀਆਂ। ਹਾਂ ਸਵਾਰੀਆਂ ਤੇ ਹੈ ਨਹੀਂ ਸਹੀ ਗੱਲ। ਤੇ ਬਾਪੂ ਜੀ ਹੁਣ ਇਹ ਦੱਸੋ ਵੀ ਆਪਣਾ ਵੰਡ ਤੋਂ ਪਹਿਲਾਂ ਜਿਹੜੇ ਤੁਹਾਡੇ ਪਿੰਡ ਵਿੱਚ ਮੁਸਲਮਾਨ ਰਹਿੰਦੇ ਹਨ ਉਹਨਾਂ ਨਾਲ ਮਤਲਬ ਵਰਤਨ ਭਾਜੀ ਹੈ ਸੀ ਆਣ ਜਾਣਾ ਹੈ ਸੀ ਉਹਨਾਂ ਨਾਲ? ਵਰਤਨ ਭਾਜੀ ਸਾਰਿਆਂ ਦੀ ਪੂਰੀ ਵਰਤਨ ਭਾਜੀ। ਅੱਛਾ ਅੱਛਾ ਮਤਲਬ ਵਿਆਹਾਂ ਟੰਗਾਂ ਦੇ ਆਉਂਦੇ ਜਾਂਦੇ ਆ ਫਿਰ ਕੋਈ ਗੱਲਬਾਤ ਬਣ ਜਾਣੀ ਲੜਾਈ ਵੀ ਬੜੀ ਹੁੰਦੀ। ਅੱਛਾ ਅੱਛਾ ਫਿਰ ਲੜਾਈ ਹੋ ਗਈ ਫਿਰ ਕੰਮ ਫਿਰ ਇਕੱਠੇ ਹੋ ਗਏ ਇਕੱਠੇ ਹੋ ਗਏ। ਹਾਂ ਸਹੀ ਗੱਲ ਬਿਲਕੁਲ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਕੋਈ ਤਖਤ ਪੋਸ਼ ਜਾਂ ਕੋਈ ਇਹੋ ਜਿਹਾ ਕੰਮ ਹੁੰਦਾ ਹੀ ਵੀ ਜੀ ਤੇ ਸਾਰੇ ਬਜ਼ੁਰਗ ਇਕੱਠੇ ਬਹਿਣੇ ਬਣਿਆ ਸੀ ਆਪਣੇ ਪਿੰਡ ਵਿੱਚ? ਉਹ ਸਾਡੇ ਦਾਰੇ ਚ ਬਹਿੰਦੇ ਹਨ। ਅੱਛਾ ਦਾਰੇ ਬਣੇ ਹਨ। ਅੱਛਾ ਦਾਰੇ ਬਣੇ ਸਨ ਠੀਕ ਠੀਕ ਤੁਹਾਨੂੰ ਉਹਦਾ ਬੱਚਾ ਕੋਈ ਪਤਾ ਨਹੀਂ ਕੀ ਹੁੰਦਾ। ਨਹੀਂ ਨਹੀਂ ਬਾਪੂ ਜੀ ਫਿਰ ਵੀ ਤੁਹਾਡਾ ਸੰਭਾਲਾ ਬੜਾ ਵਧੀਆ ਹੈ ਤੁਹਾਨੂੰ ਸੰਭਾਲ ਹੈ ਪੂਰੀ ਉੱਥੇ ਦੀ ਨਹੀਂ ਵਧੀਆ ਚੰਗੀ ਗੱਲ ਹੈ। ਤੁਹਾਨੂੰ ਪਤਾ ਸਾਡਾ ਖੂਹ ਕਿੱਥੇ ਸੀ ਪੈਲੀ ਕਿੱਥੇ ਸੀ? ਅੱਛਾ ਖੂਹ ਕਿੱਥੇ ਹੁੰਦਾ ਸੀ ਤੁਹਾਡਾ ਖੂਹ? ਸਾਡਾ ਇੱਧਰ ਪਾਸੇ 2-3 ਤੱਕ ਸੀ। ਅੱਛਾ ਅੱਛਾ ਕਿਸ ਨਾਂ ਤੋਂ ਵੱਜਦੇ ਹੁੰਦੇ ਹੋ ਖੂਹ? ਉਹ ਤਾਂ ਯਾਦ ਨਹੀਂ ਰਿਹਾ ਖੂਹ ਦੇ। ਤੇ ਆਪਣੇ ਪਿੰਡ ਵਿੱਚ ਬਾਪੂ ਜੀ ਕੋਈ ਦੁਕਾਨਾਂ ਵੀ ਹੁੰਦੀਆਂ ਹਨ ਕਰਿਆਨੇ ਦੀ ਕੋਈ ਆਪਣਾ ਸੌਦੇ ਪੱਤੇ ਦੀ ਦੁਕਾਨ ਹੁੰਦੀ ਸੀ? ਖੱਤਰੀ ਕਰਦੇ ਹਨ ਜਾਂ ਮਤਲਬ ਮੁਸਲਮਾਨ ਕਰਦੇ? ਖੱਤਰੀ ਮੁਸਲਮਾਨ ਤੋਂ ਕੋਈ। ਅੱਛਾ ਖੱਤਰੀ ਕਰਦਾ ਸੀ ਘਰ ਸੀ ਖੱਤਰੀਆਂ। ਠੀਕ ਠੀਕ। ਤੇ ਬਾਪੂ ਜੀ ਤੁਸੀਂ 8-9 ਸਾਲ ਦੇ ਤੁਸੀਂ ਕੀ ਕਰਦੇ? ਮਾਲ ਡੰਗਰ ਚਲਾਉਂਦੇ ਸੀ ਕੀ ਕਰਦੇ ਹੁੰਦੇ? ਬਸ ਕਦੀ ਲੈ ਜਾਣਾ ਡੰਗਰਾਂ ਕੋ ਜਾਣਾ। ਅੱਛਾ ਅੱਛਾ ਕਦੀ ਘੋੜੀ ਲੈ ਜਾ ਪਾਏ ਕਦੀ ਘੋੜੀ ਲੈ ਜਾ। ਸਹੀ ਗੱਲ ਵਧੀਆ। ਤੇ ਬਾਪੂ ਜੀ ਜੋ ਤੁਸੀਂ ਇੱਧਰ ਆ ਗਏ ਹੋ ਉਸ ਤੋਂ ਬਾਅਦ ਆਪਣਾ ਪਿੰਡ ਵੇਖਣ ਗਏ ਹੋ ਕਦੀ ਕਿ ਨਹੀਂ? ਜਿਵੇਂ ਤੁਹਾਡਾ ਜੰਮ ਪਾਲੇ ਤੁਹਾਡਾ ਤੁਹਾਨੂੰ ਸਾਰਾ ਸੰਭਾਲਿਆ ਉੱਥੇ ਦਾ? ਨਹੀਂ ਗਏ ਨਹੀਂ। ਗਏ ਨਹੀਂ ਦੁਬਾਰਾ? ਤੇ ਤੁਹਾਡੇ ਕੰਮੀ ਕਰ ਦਾ ਕਿਸੇ ਦਾ ਨਾਂ ਯਾਦ ਹੈ ਜਿਹੜਾ ਤੁਹਾਡਾ ਕੰਮ ਕਰਦਾ ਹੁੰਦਾ ਸੀ ਮੁਸਲਮਾਨ? ਬਾਪੂ ਸਾਡਾ ਮਹਿਰੇ ਦਾ ਨਾਂ ਯਾਦ ਹੈ ਝੂਰ ਸਿੰਘ ਦਾ। ਕੀ ਨਾਂ ਸੀ ਉਹਦਾ? ਉਹਦੇ ਨਾਮ ਮੇਰਾ ਖਿਆਲ ਭੁੱਲ ਗਿਆ ਜੀ। ਝੂਰ ਕੀ ਆਖਿਆ ਜੀ? ਝੂਰ ਸਿੰਘ ਝੂਰ ਝੂਰ ਪਾਣੀ ਪੂਣੀ ਭਰ। ਅੱਛਾ ਪਾਣੀ ਭਰਦੇ ਆ। ਮਹਿਰਾ ਸੀ ਹੈ? ਮਹਿਰਾ। ਠੀਕ ਠੀਕ। ਤੇ ਮਰਾਸੀ ਕੋਈ ਕਿਸੇ ਦਾ ਨਾਂ ਯਾਦ ਹੋਵੇ? ਗੁੱਲੀ ਡੰਡਾ ਖੇਲਣਾ। ਗੁਰਦੁਆਰਾ ਨਾਲ ਘਰ ਸੀ ਤੇ ਗੁਰ ਉੱਥੇ ਹੀ ਬਹਿ ਜਾਣਾ ਸਾਰੇ ਆਪਣੇ ਬੰਦੇ ਆਣ ਕੇ ਖੁੱਲਾ ਥਾਂ ਹੋਣਾ ਖੁੱਲਾ ਥਾਂ ਬਿਲਕੁਲ। ਤੇ ਬਾਪੂ ਸਾਨੂੰ ਇਹ ਦੱਸੋ ਵੀ ਉਦੋਂ ਉਸ ਟਾਈਮ ਫਸਲਾਂ ਕਿਹੜੀ ਹੁੰਦੀਆਂ ਹਨ? ਫਸਲਾਂ ਸਾਡੇ ਪਿੰਡ ਸਾਰੀਆਂ ਹੁੰਦੀਆਂ ਉਦੋਂ। ਕਿਹੜੀ ਕਿਹੜੀ ਹੁੰਦੀ ਸੀ? ਮਕਈ। ਅੱਛਾ ਕਪਾਹ। ਕਮਾਦ। ਕਣਕ। ਜੀ ਜੀ ਮੁੰਜੀ ਘੱਟ ਹੁੰਦੀ ਸੀ। ਅੱਛਾ ਅੱਛਾ ਮੁੰਜੀ ਘੱਟ ਹੁੰਦੀ ਸੀ। ਠੀਕ ਠੀਕ। ਤੇ ਬਾਪੂ ਜੀ ਤੁਸੀਂ ਜਿਵੇਂ ਦਾਣੇ ਦੂਣੇ ਕਿੱਥੇ ਸੱਟਦੇ ਹੁੰਦੇ ਹੋ? ਕਣਕ ਹੋਣੀ ਕਿੱਥੇ ਮੰਡੀ ਕਿਹੜੀ ਸੱਟਦੇ ਹੁੰਦੇ ਹੋ? ਉਹ ਮੰਡੀ ਆ ਗਿਆ ਬਹੁਤੇ ਆਮ ਤੇ ਲਾਈ ਜਾਂਦਾ ਘੁਮਿਆਰ ਹੀ। ਅੱਛਾ ਚਿੱਟਾ ਭਰ ਕੇ ਉਹਨੇ ਖਰੀਦ ਲੈਣੀ ਆ। ਠੀਕ ਠੀਕ ਸਹੀ ਗੱਲ।
ਤੇ ਬਾਪੂ ਜਿਵੇਂ ਆਪਣੇ ਪਿੰਡ ਵਿੱਚ ਕੋਈ ਛੋਟਾ ਮੋਟਾ ਰੋਲਾ ਹੋ ਜਾਣਾ ਕਿਸੇ ਨਾਲ ਕੋਈ ਗੱਲਬਾਤ ਹੋ ਜਾਣੀ ਤੇ ਜਿਵੇਂ ਲੋਕੀ ਥਾਣੇ 'ਚ ਵੜਦੇ ਹਨ ਕਿ ਆਪ ਹੀ ਨਿਬੜ ਜਾਂਦੀ ਸੀ ਗੱਲ ਬਹਿ ਕੇ ਹਾਂ ਬਹੁਤ ਹੀ ਪਿੰਡਾਂ 'ਚ ਨਿਬੇੜ ਦਿੰਦੇ ਪਿੰਡ 'ਚ ਨਿਬੜ ਜਾਂਦੀ ਹੈ ਅੱਜ ਕੱਲ੍ਹ ਲੋਕੀ ਥਾਣੇ ਨਾਲ ਭੱਜਦੇ ਨੇ ਸਿੱਧਾ ਹਾਂ ਹਾਂ ਉਦੋਂ ਸਾਡੇ ਦਾਦੇ ਸਿਰ ਮੇਰੇ ਟੋਰ ਸੀ ਸਾਡੇ ਚਾਚਾ ਸ਼ਰਾਬ ਕੱਢਦਾ ਸੀ ਅੱਛਾ ਜੀ ਤੇ ਉਹ ਪੁਲਿਸ ਜਿਹੜੀ ਥਾਣੇ ਦੀ ਚੜ੍ਹ ਕੇ ਨਹੀਂ ਆਈ ਤੁਸੀਂ ਨਾ ਦੱਸਣ ਦੇ ਆਪਣੇ ਵੱਡਿਆਂ ਦੇ ਬਜ਼ੁਰਗਾਂ ਦੇ ਸਾਡੇ ਜਿੰਨੇ ਦੇ ਦਾਦੇ ਚ ਆਏ ਬਾਪੂ ਜਿਵੇਂ ਮੁਸਲਮਾਨਾਂ ਦੀ ਕੋਈ ਤਿਉਹਾਰ ਹੁੰਦਾ ਸੀ ਆਪਣਾ ਦਿੰਦੇ ਹੋ ਤੁਹਾਨੂੰ ਤਿਉਹਾਰਾਂ ਦੇ ਕਿ ਨਹੀਂ ਜਿਵੇਂ ਵਰਤੋਂ ਭਾਜੀ ਪੂਰੀ ਸਾਡੇ ਪੂਰੀ ਜਦੋਂ ਅਸੀਂ ਪਾਕਿਸਤਾਨ ਆਏ ਆ ਨਾ ਪੱਖੀਆਂ ਦੇ ਲੂਣ ਲਾਣ ਕਈ ਸਾਲ ਘੱਲਦੇ ਰਹੇ ਸਾਨੂੰ ਘੱਲਦੇ ਰਹਿਣੇ ਚੰਗਾ ਪਿਆਰ ਸੀ ਉਹਨਾਂ ਨਾਲ ਤੇ ਬਾਪੂ ਜੀ ਦੋ ਮਿੰਟ ਲੈਣੇ ਨੇ ਹੁਣ ਇਹ ਦੱਸੋ ਵੀ ਇਹ ਜਿਹੜੀ ਵੰਡ ਹੋਈ ਹੈ ਇਹ ਕੰਮ ਸਹੀ ਹੋਇਆ ਕਿ ਗਲਤ ਹੋਇਆ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਵੰਡ ਤੇ ਜਿਹੜੀ ਹੋਈ ਹੈ ਸਾਨੂੰ ਪਤਾ ਨਹੀਂ ਜਿਵੇਂ ਬੜਾ ਇੰਨਾ ਇੰਨਾ ਸਿਲਸਿਲਾ ਛੱਡ ਗਏ ਛੱਡ ਕੇ ਇੱਧਰ ਆਣ ਕੇ ਦੁਬਾਰਾ ਵਸੇ ਲੋਕਾਂ ਮਿਹਨਤ ਕਰਕੇ ਅਭੀ ਜੀ ਉੱਥੇ ਜਿਵੇਂ ਲਾ ਲਓ ਤੁਹਾਡੀ ਚਾਰ ਮਰਬੇ ਜਾਂ ਦਸ ਮਰਬੇ ਜ਼ਮੀਨ ਸੀ ਤੇ ਆਣ ਕੇ ਘੱਟ ਮਿਲੀ ਦੋ ਤਿੰਨ ਤਿੰਨ ਮਰਬੇ ਮਿਲੀ ਨੀ ਪੈਲੀ ਕਾਹਟ ਬੜੀ ਹੋਈ ਸਾਡੇ ਕੋਲ 30-35 ਕਿੱਲੇ ਪੈਲੀ ਸੀ ਜਿਹੜੀ ਜਾ ਕੇ ਕੱਚਾ ਹੀ ਡੰਗਰ ਛੱਡਣੇ ਨੇ ਅੱਛਾ ਅੱਛਾ ਉਹ ਤੋਂ ਪਹਿਲਾਂ ਡੰਗਰ ਨੇ ਸਹੀ ਇਹ ਨਾ ਇਹ ਸਾਡਾ ਭਰੇਵਾ ਅੱਛਾ ਅੱਛਾ ਇਹਨਾਂ ਡੰਗਰ ਸਾਡੇ ਕੋਲ ਰਿਸ਼ਤੇਦਾਰਾਂ ਦੇ ਆਣ ਕੇ ਵਿੱਚ ਚੁਗਣੇ ਨਾਲ ਨਾਉਣਾ ਸਹੀ ਗੱਲ ਬਾਰਿਸ਼ ਖੁੱਲਾ ਏਰੀਆ ਹੁੰਦਾ ਸੀ ਖੁੱਲਾ ਏਰੀਆ ਹੈ ਬੇਰੀਆ ਮਾਲ ਵੀ ਇੱਥੇ ਆ ਜਾਣਾ ਕਰਨਾ ਰਿਸ਼ਤੇਦਾਰਾਂ ਦਾ ਚਲੋ ਵੀ ਉੱਥੇ ਚੱਲਦੇ ਆ ਉੱਥੇ ਚੱਲਦੇ ਆ ਖੁੱਲੀ ਜਗ੍ਹਾ ਚਰਾਂਦ ਬੜੀ ਹੈ ਸਹੀ ਗੱਲ ਸਾਡਾ ਨਾਲਾ ਹੁੰਦਾ ਸੀ ਉਹ ਚਰਾਂ ਦੇ ਉੱਤੇ ਬੜੀ ਜਿਹੜੀ ਆ ਰੱਖ ਰੱਖੇ ਸੀ ਨਾ ਉੱਥੇ ਨਾ ਡੰਗਰ ਜਾ ਕੇ ਡੇਟ ਵਾੜਦੇ ਸਹੀ ਗੱਲ ਤੇ ਬਾਪੂ ਜੀ ਹੁਣ ਇਹ ਦੱਸੋ ਵੀ ਆਪਣਾ ਵੀ ਉਹ ਟਾਈਮ ਚੰਗਾ ਸੀ ਕਿ ਇਹ ਟਾਈਮ ਚੰਗਾ ਉਸ ਟਾਈਮ ਲੋਕਾਂ 'ਚ ਇੰਨਾ ਪਿਆਰ ਹੋਣਾ ਇੰਨੀ ਮੁਹੱਬਤ ਹੋਣੀ ਉਹ ਟਾਈਮ ਨਹੀਂ ਲੱਭਦਾ ਉਹ ਟਾਈਮ ਨਹੀਂ ਲੱਭਦਾ ਹੈ ਨਾ ਸਹੀ ਗੱਲ ਅੱਜ ਕੱਲ੍ਹ ਦੇ ਭਰਾਵਾਂ ਭਰਾਵਾਂ ਦਾ ਨਹੀਂ ਪਿਆਰ ਰਹਿ ਗਿਆ ਉਹ ਟਾਈਮ ਲੋਕੀ ਪਿੰਡ ਵਾਲੇ ਦੀ ਇੱਜ਼ਤ ਕਰਦੇ ਹੁੰਦੇ ਕਿਸੇ ਧੀ ਭੈਣ ਦੀ ਆਪਣਾ ਕੋਈ ਮੁਸਲਮਾਨ ਹੋ ਗਈ ਜਾਂ ਕੋਈ ਹਿੰਦੂ ਹੋ ਗਈ ਕੋਈ ਸਿੱਖ ਹੋ ਗਈ ਹੈ ਨਾ ਜੋ ਸਾਡਾ ਦਾਦਾ ਸੀ ਉਹਨੇ ਪਿੰਡ ਜੋ ਉਹਨੇ ਕਰਨਾ ਆਪਣੇ ਬਲਾਰੀ ਉਹ ਹੋਣਾ ਉਹ ਹੋਣਾ ਸਹੀ ਗੱਲ ਹਾਂਜੀ ਇੱਕ ਵਾਰੀ ਜੀ ਯਾਦ ਸਾਡਾ ਦਾਦਾ ਗਿਆ ਸੀ ਚੁੰਡੇ ਅੱਛਾ ਜੀ ਤੇ ਉੱਥੇ ਮੁਸਲਮਾਨ ਤੇ ਦੋ ਹਨ ਸਾਡੇ ਉਹ ਇੱਕ ਨਾਈ ਤੇ ਇੱਕ ਸਰਦਾਰ ਸੀ ਇਹ ਸਾਨੂੰ ਬਾਪੂ ਮਾਰਨ ਤੁਰ ਗਏ ਅੱਛਾ ਪਰ ਬੋਰੀਆਂ ਲਾ ਕੇ ਟੋਕੇ ਲਾ ਕੇ ਅੱਜ ਮਾਰ ਦੇਣਾ ਉਹ ਕਿ ਦੱਸਣ ਵਾਲੇ ਸਾਡੇ ਭਾਈ ਯਾਰਾਂ ਦੱਸਿਆ ਭਾਈ ਉਹ ਫਲਾਣੇ ਦਾ ਬਾਪੂ ਦੇ ਥੜੇ ਬੈਠੇ ਨੇ ਠੀਕ ਹੈ ਇਹ ਫਿਰ ਗਏ ਨਾ ਜਾ ਕੇ ਉਹ ਤਿੰਨਾਂ ਨੂੰ ਮਾਰ ਮਾਰ ਕੇ ਨਾ ਲਗਾ ਦਿੱਤੇ ਬੜ ਗਏ ਅੱਛਾ ਜਵਾਨ ਬੜੇ ਸਨ ਬੜਾ ਜਵਾਨ ਸਾਡਾ ਜਿਹੜਾ ਬਾਪ ਸੀ ਨਾ ਉਹਨੂੰ ਦੋ ਬੰਦੇ ਸੋਟਾ ਨਾ ਮਾਰ ਸਕਦੇ ਠੀਕ ਬਾਪੂ ਸਤਿ ਸ੍ਰੀ ਅਕਾਲ।